ਅਸਲਾਮੁਅਲੈਕ ਖਵਤਿਨੋ ਜਰਾਤ ਸਖਾਵਨ ਆਫੀਸ਼ਲ ਦੇ ਵਿੱਚ ਤੁਹਾਨੂੰ ਇੱਕ ਵਾਰੀ ਫੇਰ ਖੁਸ਼ਾਮਦਿਦ ਖਵਤਿਨੋ ਜਰਾਤ ਇਸਲਾਇ ਕਾਲ ਦਾ ਅੱਜ ਫੇਰ ਤੁਹਾਡੇ ਨਾਲ ਇੱਕ ਐਸ ਬੰਦੇ ਦੀ ਗੱਲ ਕਰਵਾਨੀ ਹੈ ਜਿਹਦੇ ਨਾਲ ਗੱਲ ਕਰਕੇ ਤੁਹਾਨੂੰ ਵੀ ਬੜਾ ਮਜ਼ਾ ਆਏਗਾ ਤੇ ਮੈਨੂੰ ਆਪ ਵੀ ਬੜਾ ਮਜ਼ਾ ਆਏਗਾ ਆਓ ਉਹਦੇ ਨਾਲ ਗੱਲ ਕਰਨੇ ਇੱਕ ਮੁਰਗੀਆਂ ਵੇਚਣ ਵਾਲਾ ਬੰਦਾ ਹੈ ਉਹਦੇ ਕੋਲੋਂ ਗੋਸ਼ਤ ਖਰੀਦਣਾ ਤੇ ਆਉ ਪੁੱਛਨੇ ਰੇਟ ਕੀ ਹੈ ਤੇ ਸਾਨੂੰ ਕਿਸ ਰੇਟ ਤੇ ਉਹ ਗੋਸ਼ਤ ਦਿੰਦਾ ਹੈ ਹੈਲੋ ਹੈਲੋ ਜੀ ਜੇ ਅਸਲਾਮ ਅਲੈਕਮ ਵਾਅਲੈਕਮ ਸਲਾਮ ਜੀ ਕੀ ਹਾਲ ਹੈ ਜਨਾਬ ਸ਼ਾਹਦ ਭਾਈ ਬੋਲ ਰਹੇ ਹੋ ਜੀ 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 ਬੋਲ ਰਿਆਂ ਜੀ ਜੀ ਸ਼ਾਹਦ ਚਿਕਨ ਪੋਲਟਰੀ ਫਾਰਮਾਲੋਜੀ ਜੀ 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 ਸ਼ਾਹਦ ਭਾਈ ਤੁਹਾਡੀ ਦੁਕਾਨ ਸੀ ਆਪਣਾ ਚਿਕਨ ਦੀ ਤੁਸੀਂ ਮੁਰਗੀਆਂ ਵਗੈਰਾ ਵੇਚਦੇ ਹੋ ਹਾਂਜੀ ਹਾਂਜੀ ਤੇ ਉਹ ਨੰਬਰ ਤੁਹਾਡਾ ਭਾਜੀ ਮੈਂ ਲਿਆ ਕਿਸੇ ਕੋਲੋਂ ਤੇ ਮੈਂ ਕਿਹਾ ਚਲੋ ਮੈਂ ਭਾਜੀ ਨਾਲ ਆਪ ਗੱਲ ਕਰਾਂ ਮੈਂ ਦੁਕਾਨ ਤੇ ਆਣਾ ਸੀ ਭਾਜੀ ਬਸ ਥੋੜੀ ਜਿਹੀ ਮਸਰੂਫੀਅਤ ਦੀ وجہ ਤੋਂ ਆ ਨਹੀਂ ਸਕਿਆ ਨਹੀਂ ਜੀ ਬੜੀ ਮਿਹਰਬਾਨੀ ਵੈਸੇ ਵੀ ਅਸੀਂ ਦੁਕਾਨ ਦੇ ਬਾਹਰ ਹੀ ਆਪਣਾ ਨੰਬਰ ਲਿਖਿਆ ਜੀ ਹਾਂਜੀ ਹਾਂਜੀ ਤੇ ਉਹ ਫਿਰ ਜਿਹਨੂੰ ਚਾਹੀਦਾ ਹੁੰਦਾ ਕਿਉਂਕਿ ਕਾਰੋਬਾਰ ਐਸਾ ਹੈ ਫਿਰ ਜਿਹਨੂੰ ਚਾਹੀਦਾ ਹੁੰਦਾ ਉੱਥੋਂ ਲੈ ਲੈਂਦਾ ਨੰਬਰ ਲੈਣਾ ਮੇਰਾ ਕਿਹੜਾ ਨਾਲੇ ਮਸ਼ਹੂਰ ਬੜਾ ਮੈਂ ਜੀ ਜੀ ਸ਼ਾਹ ਚਿਕਨ ਪੋਲਟਰੀ ਫਾਰਮ ਵਾਲਾ ਕਿ ਤੋਂ ਪੁੱਛ ਲੋ ਹਾਂ ਜੀ ਮਸ਼ਹੂਰ ਤੇ ਹੈ ਜੀ ਬਾਜੀ ਇਸ ਲਈ ਤੁਹਾਡਾ ਮੈਂ ਫੋਨ ਤੇ ਗੱਲ ਕਰਨਾ ਚਾਹ ਰਿਹਾ ਅੱਛਾ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਹੈ ਨਾ ਦੁਕਾਨ ਤੇ ਹੀ ਹੋ ਇਸ ਵੇਲੇ ਹਾਂ ਜੀ ਜਨਾਬ ਟਾਈਮ ਹੀ ਟਾਈਮ ਹੈ ਜਨਾਬ ਅਸੀਂ ਬੈਠੇ ਲੋਕਾਂ ਦੀ ਖਿਦਮਤ ਵਾਸਤੇ ਆ ਅੱਛਾ ਜਨਾਬ ਇਹ ਵੇ ਕਿ ਮੈਨੂੰ ਗੋਸ਼ਟ ਚਾਹੀਦਾ ਜਨਾਬ ਮੈਂ ਕਿਹਾ ਮੇਰੇ ਭਾਜੀ ਨਾਲ ਗੱਲ ਕਰਾਂ ਤਾਂ ਕਿ ਇੱਕੋ ਜਗ੍ਹਾ ਤੋਂ ਸਾਰਾ ਸਮਾਨ ਮਿਲ ਜਾਵੇ ਤੇ ਅੱਛੀ ਗੱਲ ਹੁੰਦੀ ਹੈ ਜੀ ਜੀ ਬismillah ਜਨਾਬ ਤੁਸੀਂ ਆਰਡਰ ਲਾਣਾ ਹੈ ਪਾਜੀ 8 ਕਮਣ ਮੁਰਗੀ ਚਾਹੀਦੀ ਮੈਨੂੰ 8 ਕਮਣ 8 ਮਣ ਮੁਰਗੀ ਹਾਂ ਜੀ ਮਤਲਬ ਸ਼ਾਦੀ ਹੈਗੀ ਏ ਉਹਦੇ ਵਿੱਚ ਤਾਂ ਮੈਂ ਕਿਹਾ ਆਪ ਮਤਲਬ ਬੰਦਾ ਗੱਲ ਕਰੇ ਅੱਛੀਆਂ ਮੁਰਗੀਆਂ ਤੇ ਅੱਛੇ ਚੀਜ਼ ਦੇ ਨਾਲ ਸਾਨੂੰ ਮਿਲ ਜਾਣ ਤੇ 8 ਮਣ ਮੁਰਗੀ ਚਾਹੀਦੀ ਕਭੀ ਖੁੱਲੀ ਢੁੱਲੀ ਬਰਾਦਰੀ ਲੱਗਦੀ ਤੁਹਾਡੀ ਜੀ ਜੀ ਬਾਜੀ ਬਾ ਖਾਨਦਾਨ ਇਕੱਠਾ ਹੋਇਆ ਹੁੰਦਾ ਵਿਆਹ ਸੱਦੀਆਂ ਤੁਹਾਨੂੰ ਪਤਾ ਰੋਸ ਤੇ ਨਹੀਂ ਨਾ ਹੁੰਦੀਆਂ ਜਰਾ ਕੋਈ ਤੁਸੀਂ ਜ਼ਿਆਦਾ ਨਹੀਂ ਇਕੱਠਾ ਕਰ ਰਹੇ ਖਾਨਦਾਨ ਨਹੀਂ ਨਹੀਂ ਮਤਲਬ ਇਹ ਤੇ ਬਾਜੀ ਅਜੇ ਥੋੜੇ ਨੇ ਅਵਲੀਮੇ ਤੇ ਤੇ ਹੋਰ ਚਾਹੀਦਾ ਹੋਣਾ ਨਾ ਇਹ ਤੇ ਮਹਿੰਦੀ ਹੈ ਅੱਛਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਹਾਂ ਜੀ ਤੇ ਬਾਜੀ ਕੀ ਰੇਟ ਕੀ ਜਾ ਰਿਹਾ ਪਲਾਪਣ ਅਜੇ ਜ਼ਿੰਦਾ ਦਾ ਅਲੈਦਾ ਜੀ ਤੇ ਸਾਫੀ ਦਾ ਅਲੈਦਾ ਹੈ ਸਾਫੀ ਮਤਲਬ ਆਪਣਾ ਸਾਫੀ ਜੀ ਜਿਹੜਾ ਸੀ ਗੋਸ਼ਤ ਕਰਕੇ ਸਿਰਫ ਸਾਫੀ ਗੋਸ਼ਤ ਦੇਈਦਾ ਹਾਂ ਸਿਰਫ ਗੋਸ਼ਤ ਹੁੰਦਾ ਉਹ 310 ਰੁਪਏ ਹੈ ਹਾਂ ਤੇ ਜਿਹੜੀ ਮੁਰਗੀ ਹੈ ਜਨਬ ਉਹ ਦੇਦੀ ਦੀ ਹੈ 1200 ਰੁਪਏ ਠੀਕ ਹੈ ਬਿਲਕੁਲ ਸਹੀ ਹੈ ਅੱਛਾ ਕੋਈ ਤੁਹਾਡੇ ਲਈ ਜੇ ਤੁਸੀਂ ਫੋਨ ਆਪ ਕੀਤਾ ਵਰਨਾ ਰੇਟ ਤੁਹਾਨੂੰ ਪਤਾ ਕੁਝ ਹੋ ਰਹੀ ਹੁੰਦਾ ਆ ਮਾਰਕੀਟ ਦਾ ਰੇਟ ਮੈਨੂੰ ਪਤਾ ਵਾਧਦਾ ਛੜਦਾ ਹੀ ਰਹਿੰਦਾ ਹੈ ਅੱਛਾ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜੇ ਮੁਰਗੀਆਂ ਹੁੰਦੀਆਂ ਨੇ ਨਾ ਭਾਜੀ ਪੱਟਾਂ ਦਾ ਜ਼ਿਆਦਾ ਰੌਲਾ ਪੈ ਜਾਂਦਾ ਅੱਜਕੱਲ ਵਿਆਹਾਂ ਵਿੱਚ ਹਰ ਬੰਦਾ ਕਹਿੰਦਾ ਵੀ ਸਾਨੂੰ ਪੱਟ ਮਿਲੇ ਪੱਟ ਮਿਲੇ ਮੁਰਗੀ ਤੁਹਾਡ ਕੋਲ ਤਿੰਨਾ ਪੱਟਾਂ ਵਾਲੀ ਮੁਰਗੀ ਹੁੰਦੀ ਭਲਾ ਜੀ ਜੀ ਮਤਲਬ ਤਾ ਤੈਨਾਂ ਲੱਤਾਂ ਵਾਲੀ ਮੁਰਗੀ ਵੀ ਹੋ ਜਾਂਦੀ ਹੈ ਮੈਂ ਕਿਹੜਾ ਕੋਈ ਕਿਸੇ ਹੋਰ ਕਬੀਲੇ ਤੋਂ ਆਇਆ ਵਾਂ ਇਹ ਅੱਲਾ ਨੇ ਬਣਾਈ ਦੋ ਪੱਟਾਂ ਵਾਲੀ ਮੁਰਗੀ ਜਨਾਬ ਨਹੀਂ ਮਤਲਬ ਹੋ ਜਾਂਦਾ ਕਿਤੇ ਤੈਨਾਂ ਵਾਲੀ ਵੀ ਆ ਜਾਂਦੀ ਵਿੱਚ ਫਿਰ ਉਹ ਮਹਿਮਾਨ ਰਾਜ਼ੀ ਹੋ ਜਾਂਦੇ ਨੇ ਲਓ ਜੀ ਮੈਂ ਦਸ ਸਾਲਾਂ ਤੋਂ ਕਾਰੋਬਾਰ ਕਰਨ ਦੇ ਜੇ ਮੈਨੂੰ ਤੈਨਾਂ ਲੱਤਾਂ ਵਾਲੀ ਮੁਰਗੀ ਨਹੀਂ ਜੱਲਦੀ ਅੱਛਾ ਹਾਲਾਂਕਿ ਮੈਂ 24 ਘੰਟੇ ਇਨਾ ਚਿਰਦਾ ਰਹਿਣਾ ਤੇ ਮਤਲਬ ਕੋ ਹੋਵੇ ਇਸ ਤਰ੍ਹਾਂ ਕਿ ਲੰਗੜੀ ਮੁਰਗੀ ਨਾ ਹੋਵੇ ਉਹਦੀ ਇੱਕ ਲੱਤ ਹੋਵੇ ਮੁੜ ਕੇ ਉਹ ਗਾਗ ਫੇਰ ਸਾਡਾ ਮਤਲਬ ਮਹਿਮਾਨ ਨਾਰਾਜ਼ ਹੋ ਜਾਏ ਪਿਛਲੀ ਵਾਰੀ ਪਾਦੀ ਪਤਾ ਕੀ ਹੋਇਆ ਮੇਰੇ ਕੋਲ ਬੁੱਬੜ ਜਨਾਬ ਮੇਰੀਆਂ ਮੁਰਗੀਆਂ ਕਿਹੜਾ ਹਾਕੀ ਖੇਡਦੀਆਂ ਜਾਂ ਕ੍ਰਿਕਟ ਤੇ ਪੈਡ ਪਾ ਕੇ ਜਾਂਦੀਆਂ ਜ਼ਖਮੀ ਮੁਰਗੀਆਂ ਹੋ ਜਾਣਗੀਆਂ ਇੱਕ ਨੰਬਰ ਮਾਰ ਦਈਦਾ ਹਕ ਲਾਲ ਤੇ ਪੈਸੇ ਲਈਦੇ ਆ ਤੇ ਹਕ ਲਾਲ ਦਾ ਮਾਲ ਦੇਈਦਾ ਨਹੀਂ ਭਾਜੀ ਪਤਾ ਮੇਰੇ ਵਿਆਹ ਤੇ ਪੈ ਗਿਆ ਸੀ ਰੌਲਾ ਉਹ ਕੀਤੀਆਂ ਸੀ ਮੁਰਗੀਆਂ ਤੇ ਫੁੱਪੜ ਮੇਰਾ ਵੱਡਾ ਵੀ ਆਇਆ ਸੀ ਤੇ ਛੋਟਾ ਵੀ ਆਇਆ ਸੀ ਦੋਵਾਂ ਨੂੰ ਅਸੀਂ ਪੱਟ ਪਾ ਕੇ ਦਿੱਤੇ ਇੱਕ ਪੱਟ ਸੀ ਛੋਟਾ ਤੇ ਇੱਕ ਸੀ ਮੋਟਾ ਠੀਕ ਹੈ ਹੁਣ ਜਿਹੜਾ ਛੋਟਾ ਫੁੱਪੜ ਸੀ ਉਹਦੇ ਨਾਲ ਵੱਡੀ ਬੋਟੀ ਚੱਲ ਗਈ ਜਿਹੜਾ ਵੱਡਾ ਬੱਪੜ ਸੀ ਉਹਦੇ ਨਾਲ ਛੋਟੀ ਬੋਟੀ ਚੱਲੇ ਗਈ ਤੇ ਉੱਥੇ ਬਣ ਗਿਆ ਰੌਲਾ ਕਿ ਬੱਪੜ ਵੱਡਾ ਬੋਟੀ ਛੋਟੀ ਫੁੱਪੜ ਛੋਟਾ ਵੱਡੀ ਬੋਟੀ ਉਹ ਸਰ ਜੀ ਇਹ ਗੇਮ ਜੀ ਬਣੀ ਰਹੀ ਤੇ ਰੌਲਾ ਬਣ ਗਿਆ ਤੇ ਮੈਂ ਚਾਹਣਾ ਵੀ ਜਿਹੜੀਆਂ ਮੁਰਗੀਆਂ ਹੋਣ ਨਾ ਵਾ ਵ ਪਲੀਆਂ ਹੋਣ ਪੱਟ ਪੁੱਟ ਬਣੇ ਹੋਣ ਉਹਨਾਂ ਦੇ ਜਰਾ ਇੰਜ ਕਰਕੇ ਜਦੋਂ ਬੰਦਾ ਬੁਰਕੀ ਭਰੇ ਤੇ ਉਹਨੂੰ ਮਜ਼ਾ ਆ ਜਾਵੇ। ਉਹ ਜਨਾਬ ਅਸੀਂ ਜਿਹੜੀ ਹੈ ਨਾ ਆਪਣਾ ਫੀਡ ਜਿਹੜਾ ਨਾ ਦਾ ਮਹਗਾਈਦਾ ਉਹ ਬਾਹਰੋਂ ਮਹਗਾਈਦਾ। ਅੱਛਾ ਅੱਛਾ ਸੜਕੋ 3 ਕਿਲੋ ਦਾ ਚੂਚਾ ਵੀ ਆ 2 ਕਿਲੋ ਦਾ ਕਿਲੋ ਦਾ ਵੀ ਜਿਸ ਤਰ੍ਹਾਂ ਦਾ ਤੁਸੀਂ ਮਾਲ ਬੇਭਾਂਗੇ ਚੂਚੇ ਵੀ ਆ ਸੜਕੋ। ਅੱਛਾ ਅੱਛਾ ਜਿਸ ਤਰ੍ਹਾਂ ਦਾ ਕੋ ਮਾਲ ਕਵੇ 2 ਨੰਬਰੀ ਨਹੀਂ ਕਰੀਦੀ। ਅੱਛਾ ਕਰੀ ਲੀਆ 1 ਨੰਬਰੀ। ਬੈਗੋ ਕੇ ਮੂੰਹ ਮੰਗੇ ਲੈਣੇ ਆ ਤੇ ਫਿਰ ਅਗਲੇ ਨੂੰ ਮਾਲ ਵੀ ਇਹ ਗੱਲ ਹੈ ਇਨਸਾਨੀਅਤ ਹੈ ਇਹ ਭਾਜੀ ਦਿਾਨਤਦਾਰੀ ਇਹੀ ਹੈ ਪੋਲਟਰੀ ਫਾਰਮ ਤੁਹਾਡਾ ਆਪਣਾ ਭਾਜੀ ਕੇ ਬਾਹਰ ਮੁਰਗੀ ਚੁੱਕ ਚੁੱਕ ਕੇ ਵੇਚਦੇ ਨਹੀਂ ਨਹੀਂ ਚੁੱਕ ਚੁੱਕ ਕੇ ਕੀ ਮਤਲਬ ਨਹੀਂ ਮਤਲਬ ਕਿ ਬਾਹਰ ਬੰਦਾ ਮਾਲ ਚੁੱਕ ਲੈਣਾ ਕਰਦਾ ਮੈਨੂੰ ਕੋਕੜੀ ਚੋਰ ਲੱਗ ਰਿਹਾ شاہਦ ਚਿਕਨ ਪੋਲਟਰੀ ਫਾਰਮ ਜਨਾਬ ਆ ਕੇ ਪੁੱਛੋ ਗੁਜਰਾਂ ਵਾਲੇ ਕਿਸੇ ਨੂੰ ਵੀ ਤੁਹਾਨੂੰ ਦੱਸਣਗੇ ਕਿ ਹਾਂ ਹਾਂਜੀ ਇਹ ਬੰਦੇ ਕੋ ਮੈਨੂੰ ਤੇ ਸਿਰ ਖੁਰਕਣ ਦਾ ਵੇਲ ਨਹੀਂ ਕਿਉਂ ਜੀ ਕੀ ਹੋ ਹੈਟੈਂਡ ਕਰਾਈ ਤੁਸੀਂ ਜੀ ਮੈਂ ਮਤਲਬ ਇਹ ਵੇਲ ਕਿਉਂ ਨਹੀਂ ਅੱਛਾ ਕਾਰੋਬਾਰ ਕਾਰੋਬਾਰ ਜਨਾਬ ਇਨਾ ਅੱਲਾਹ ਦੀ ਮਿਹਰਬਾਨ ਜਿੰਨੇ ਸ਼ਾਦੀ ਹਾਲ ਆ ਔਰ ਜਿੰਨੇ ਚਿਕਨ ਸ਼ਾਪ ਆ ਸਾਡਾ ਮਾਲ ਜਾਂਦਾ ਠੀਕ ਹੈ ਜੀ ਤੁਸੀਂ 200 ਸਵਾ 200 ਰੁਪਏ ਦੇ ਹਿਸਾਬ ਦੇ ਨਾਲ ਨਾ ਜਨਾਬ ਤਾਂ ਜ਼ਿੰਦਾ ਮੁਰਗੀ ਚਾਹੀਦੀ ਜ਼ਿੰਦਾ ਨਹੀਂ ਸਾਫੀ ਗੋਸ਼ਤ ਚਾਹੀਦਾ ਜਨਾਬ ਸਾਫੀ ਤੇ ਭਾਈ ਸਵਾ 300 ਤੋਂ ਘੱਟ ਨਹੀਂ 310 ਲੱਗ ਜਾਏਗਾ ਚਲ ਤੂੰ ਐਡੇ ਮਾਨ ਨਾ ਕੀਤਾ ਫੋਨ ਤੇ ਤੈਨੂੰ 305 ਲਾ ਦਾਂਗੇ 305 ਨਹੀਂ ਭਾਜੀ 250 ਰੁਪਏ ਹਰ ਕੇ ਪਾਸੇ ਮਿਲਣ ਦੇ ਤੁਸੀਂ ਤੇ ਰੇਟ ਵਧਾ ਰਹੇ ਹੋ ਮੇਰਾ ਜਨਾਬ ਜਿੱਥੋਂ ਤੁਹਾਨੂੰ ਮਿਲ ਰਿਹਾ ਤੁਸੀਂ ਉੱਥੇ ਲੈ ਲੋ ਇਹ ਕਾਰੋਬਾਰ ਹੈ ਮੈਂ ਤੁਹਾਨੂੰ ਦੱਸਿਆ ਇੱਕ ਨੰਬਰ ਚੂਚਾ ਹੋਏਗਾ ਕੋਈ ਜ਼ਖਮੀ ਨਹੀਂ ਕੋਈ ਲੜਾਈ ਨਹੀਂ ਕੋਈ ਤੁਸੀਂ ਭਾਜੀ ਇਸ ਤਰ੍ਹਾਂ ਕਰੋ ਨਾ 250 ਰੁਪਏ ਲਾ ਲਓ ਜਿਹੜੀਆਂ ਮੁਰਗੀਆਂ ਦੇ ਚੁੰਝਾਂ ਹੁੰਦੀਆਂ ਨੇ ਉਹ ਸਾਨੂੰ ਨਾ ਦੇਣਾ ਤੁਸੀਂ ਆਪ ਰੱਖ ਲਓ ਤੇ ਚੁੰਝਾਂ ਖਾਂਦਾ ਕੌਣ ਹੈ ਪੁੱਤਰ ਨਹੀਂ ਤੁਸੀਂ ਖਾ ਲੈਣਾ ਨਾ ਤੇਰਾ ਕੋ ਕੋ ਖਾਈ ਗਿਆ ਹੈ ਉਹ ਸਰਕਾਰ ਮੈਂ ਕਾਰੋਬਾਰੀ ਆਦਮੀ ਆ ਤੂੰ ਮੈਨੂੰ ਯਾਰ ਜੁਗਤਾ ਕਰਨ ਦੇ ਆ ਕਾਕਾ ਟਾਈਮ ਨਹੀਂ ਕਲੇ ਦਾ ਖਰਾਬ ਕਰੀਦਾ 250 ਬਾਰੇ ਨਹੀਂ ਘਰ ਨਹੀਂ ਪੈਂਦਾ ਇਹਨੇ ਦਾ ਚੂਚਾ ਅੱਛਾ ਮਤਲਬ ਪੋਟਰੀ ਫਾਰਮ ਤੁਹਾਡਾ ਆਪਣਾ ਫੇਰ ਤੇ ਤੁਹਾਨੂੰ ਮਹਿੰਗਾ ਨਹੀਂ ਪੈਣਾ ਚਾਹੀਦਾ ਆਂਡੇ ਵੀ ਤੁਸੀਂ ਆਪ ਹੀ ਦਿੰਦੇ ਹੋ ਆਪ ਦਿੰਦੇ ਹੋ ਨਹੀਂ ਉਥੋਂ ਕੱਢ ਕੱਢ ਕੇ ਮਤਲਬ ਆਪ ਹੀ ਲਿਆ ਕੇ ਦਿੰਦੇ ਆ ਉਹ ਤੇ ਜ਼ਾਹਿਰ ਹੈ ਮੌਸਮ ਹੀ ਇਹ ਹੋ ਗਿਆ ਅੱਜ ਕੱਲ ਆਂਡੇ ਬਹੁਤ ਕੁਕੜੀਆਂ ਦੇਣ ਨਹੀਂ ਆ ਇੱਕ ਕੁਕੜੀ ਨੂੰ ਤਾਂ ਮੈਂ ਤੁਹਾਨੂੰ ਤੋਂ ਫੜ ਕੇ ਕਿਹਾ ਮੈਂ ਕਿਹਾ ਤੂੰ ਰਾਤੀ ਆਂਡਾ ਦਿੱਤਾ ਸਵੇਰੇ ਫੇਰ ਦੇਣ ਨਹੀਂ ਤੂੰ ਹਾਂ ਹਾਂ ਉਹ ਕਹਿੰਦੀ ਮੌਸਮ ਇਹ ਹੋ ਗਿਆ अच्छा सर्द मौसम है हो जा सही सही आज जानवर ਦੇ ਨਾਲ ਬੰਦੇ ਨੂੰ ਜਾਨਵਰ ਬਣਨਾ ਪੈਂਦਾ ਮੈਨੂੰ ਪਤਾ ਲੱਗਾ ਤੁਸੀਂ ਵੀ ਕਈ ਵਾਰੀ ਕੁਕੜ ਤੇ ਬਣ ਗਏ ਹੋ ਨਾਲ ਕੁਕੜੀ ਦੇ ਨਾਲ ਫਿਰ ਅੰਡਰ ਰਣਵਾ ਤੇਰਾ ਕੀ ਮਤਲਬ ਮੈਂ ਬਾਗ ਦਿੰਦਾ ਫੜਿਆ ਗਿਆ ਕੀ ਹੋਇਆ ਯਾਰ ਤੂੰ ਕੌਣ ਹੈ ਭਾਈ ਮੈਂ ਮੈਂ ਤੈਨੂੰ ਨਾ ਮੇਰੀ ਗੱਲ ਸੁਣ ਪੁੱਤ ਮੈਂ ਬੜਾ ਬਿਜ਼ੀ ਬੰਦਾ ਤੇ ਤੈਨੂੰ ਸਾਫੀ ਜਿਹੜਾ ਨਾ ਆਖਰੀ 300 ਰੁਪਇਆ ਲੱਗ ਜਾਏਗਾ ਇਸ ਤੋਂ ਘੱਟ ਨਹੀਂ ਹੋਣਾ। ਲੋ ਜੀ ਤੁਹਾਡਾ ਮੇਰਾ ਡਨ ਹੋ ਗਿਆ। ਭਾਜੀ ਤੁਸੀਂ ਅੱਠ ਮਨ ਹੁਣ ਕਾਰੋਬਾਰੀ ਗੱਲ ਕੀਤੀ। ਅੱਠ ਮਨ ਗੋਸਤ ਤੁਸੀਂ ਮੈਨੂੰ ਹੋ ਕੇ ਕਰਾ ਦਿਓ ਜੀ। ਜੀ ਠੀਕ ਹੈ ਜੀ। ਠੀਕ ਹੈ ਜੀ ਅੱਠ ਮਨ ਗੋਸਤ ਬਣਾ ਕੇ ਇਹ ਕਿੰਨੀਆਂ ਮੁਰਗੀਆਂ ਹੋ ਜਾਣਗੀਆਂ ਮੈਂ ਪੱਟਾਂ ਦਾ ਹਿਸਾਬ ਲਾ ਲਾਂਗਾ ਕਿ ਪੱਟ ਫਿਰ علیحد੍ਹਾ ਕਰ ਦਈਏ ਉਸੋਂ। ਕਾਕਾ ਤੂੰ ਮੁਰਗੀਆਂ ਦਾ ਹਿਸਾਬ ਲਾ। ਪੀਸ ਰੱਖੀ ਦੇ ਅੱਠ ਪੀਸ ਰ ਚਾਹੀਦੇ ਆ 12 ਚਾਹੀਦੇ ਆ। ਪੀਸ ਕਿਹੋ ਜਿਹਾ ਚਾਹੀਦਾ ਬਰਾਦਰੀ ਤੁਹਾਡੀ ਕਿਹੋ ਜਿਹਾ ਖਾਂਦੀ ਇਹ ਲੋਕੀ ਕਰਦੇ ਆ। ਨਹੀਂ ਮੁਰਗੀਆਂ ਪਟਾਣੀਆਂ ਮੁਰਗੀਆਂ ਮੈਂ ਕਿੱਥੋਂ ਲੈਵਾਂ ਤੇਰੀ ਖਾਤਰ। ਕਿਹੜੇ ਸਾਊਥ ਅਫਰੀਕਾ ਦੇ ਜੰਗਲਾਂ ਚ ਵੜ ਜਾ ਜਿੱਤੋਂ ਤਿੰਨ ਤਿੰਨੀਆਂ ਚਾਰ ਚਾਰ ਲਤਾਲੀਆਂ ਮੁਰਗੀਆਂ ਲੱਭ ਕੇ ਤੇ ਤੇਰੀ ਬਰਾਦ ਲੀਲੀ ਮੈਂ ਕਰਾਂ ਜੋ ਮੇਰੇ ਪੋਲਟਰੀ ਫਾਰਮ ਚ ਹੈ ਉਹ ਮਤਨ ਦੇ ਦਿਆਂ ਤੇ ਮੁਰਗੀਆਂ ਫਰੈਸ਼ ਹੋਣੀਆਂ ਚਾਹੀਦੀਆਂ ਭਾਜੀ ਫਰੈਸ਼ ਕੀ ਉਹਨਾਂ ਦੀ ਸ਼ੇਵ ਹੋਈ ਹੋਵੇ ਨਹੀਂ ਮੈਂ ਤੁਹਾਨੂੰ ਆਪਣੇ ਵਿਆਹ ਦਾ ਕਿੱਸਾ ਅੱਗੇ ਸੁਣਾਇਆ ਨਾ ਜਨਾਬ ਕਿ ਮੇਰੇ ਤਾਏ ਨੂੰ ਨਾ ਬਰੀਆਨੀ ਚੋਂ ਪੱਟ ਪਾ ਕੇ ਦਿੱਤਾ ਤੇ ਪੱਟ ਬੜਾ ਕਮਜ਼ੋਰ ਜਿਆ ਸੀ ਯਾਰ ਉਹ ਥੱਕਿਆ ਥੱਕਿਆ ਸੀ ਬਰੀਆਨੀ ਚੋਂ ਪੱਟ ਕੱਢ ਕੇ ਤੈਨੂੰ ਕੁੱਟਣ ਲੱ ਪਿਆ ਹਾਦ ਹੋ ਗਿਆ ਯਾਰ ਮੁਰਗੀ ਫਰੈਸ਼ ਕਰਕੇ ਤੇ ਫੇਰ ਬਰੀਆਨੀ ਖਾਣ ਲਿਆ ਸੀ ਕਿ ਹਰ ਚੂਚੇ ਇਹ ਆਉਂਦਾ ਕੋ 2.5 ਕਿਲੋ ਦਾ ਆਉਂਦਾ ਕੋ 3 ਕਿਲੋ ਦਾ ਅਸੀਂ ਕਿਹੜਾ ਕੋ ਮਤਲਬ ਬੇਟਾ ਜਿਮ ਵਾਲੇ ਕੁੱਕੜ ਪਾੜਦੇ ਆ ਕਿ ਇੱਕੋ ਜਿਹਾ ਵਜ਼ਨ ਹੋਵੇ ਪੱਟ ਛੋਟਾ ਵੱਡਾ ਨਾ ਹੋਵੇ ਹਾਂ ਪੱਟਾਂ ਦਾ ਰੋਲਾ ਪੈ ਜੇ ਨਾ ਪੱਟ ਮਜ਼ਬੂਤ ਹੋਣੇ ਚਾਹੀਦੇ ਕਿੰਨੇ ਭਰਾਓ ਮਾਸ਼ਾਅੱਲਾ ਤੁਸੀਂ ਅਸੀਂ ਮਾਸ਼ਾਅੱਲਾ 6 ਭਰਾ ਹਾਂ ਜੀ 6 ਭਰਾ ਸਾਰਿਆਂ ਦੇ ਪੱਟ ਇੱਕੋ ਜਿਹੇ ਆ ਯਾਰ ਕੰਜਦੀਆਂ ਗੱਲਾਂ ਕਰਨਾ ਪਿਆ ਤੂੰ ਕਾਕਾ ਤੂੰ ਅਪਣ ਭਰਾ ਤਾਂ ਨਹੀਂ ਪੱਟ ਪਾਜੀ ਹੁੰਦੇ ਨੇ ਤੁਸੀਂ ਇਥੇ ਕਰੋ 6 ਭਰਾਓ ਸਾਰੇ ਰੋਟੀ ਕੁਝ ਨਹੀਂ ਖਾਂਦੇ ਹੋ ਨਹੀਂ ਕੁਝ ਨਹੀਂ ਲੱਦਾ ਲੱਦਾ ਖਾਈ ਦੀ ਆ ਤਾਂ ਫਿਰ ਲੱਗ ਸਾਰਿਆਂ ਨੂੰ ਲੱਗਦਾ ਵੀ ਇੱਕੋ ਜਿਆ ਨਹੀਂ ਇਹ ਵੀ ਮੁਰਗੀਆਂ ਦਾ ਸਾਹਬ ਹੁੰਦਾ ਇਹ ਫੀਡ ਪਾਈਦੀ ਆ ਉਹਨਾਂ ਨੂੰ ਕਿਸੇ ਨੂੰ ਲੱਗ ਜਾਂਦਾ ਕਿਸੇ ਨੂੰ ਨਹੀਂ ਲੱਗਦਾ ਆ ਮੁਰਗੀ ਆ ਜਿਹੜੀ ਆ ਭਾਜੀ ਕਰਤਾਰ ਦੀਆਂ ਅੱਛੀਆਂ ਹੋਣੀਆਂ ਚਾਹੀਦੀਆਂ ਤਾਂ ਉਹ ਰੋਟੀ ਖਾਣ ਲੱਗਿਆ ਬੰਦੇ ਨੇ ਜ਼ਰੂਰ ਬੱਪਰ ਦਾ ਮੁਰਗੀਆਂ ਚਾਹੀਦੀਆਂ ਤੈਨੂੰ ਹਾਂਜੀ ਉਹਨਾਂ ਨੇ ਮਤਲਬ ਉੱਥੇ ਸਕਾਪ ਪਾਏ ਹੋਣ ਕੀ ਨੇਕ ਮੁਰਗੀਆਂ ਮੁਰਗੀਆਂ ਨੇਕ ਹੀ ਹੁੰਦੀਆਂ ਅੱਲਾ ਦਾ ਮਾਲ ਆ ਜਦੋਂ ਉਹ ਤੇ ਅੱਲਾ ਵਕਬਰ ਪੜਨਾ ਜ਼ਬਾ ਕਰਨਾ ਤੇ ਅੱਲਾ ਦੀ ਰਾਤ ਇਹ ਖਤਮ ਹੋ ਜਾਣੀ ਗੱਲ ਇਹ ਗੱਲ ਸਹੀ ਅੱਛਾ ਭਾਜੀ ਤੇ ਮਰੀਆਂ ਮੁਰਗੀਆਂ ਵੀ ਹੁੰਦੀਆਂ ਆਪਣੇ ਕੋਲ ਉਹ ਯਾਰ ਕੌਣ ਐ ਤੂੰ ਯਾਰ ਕੀ ਹੋਇਆ ਉਹ ਮੈਂ ਦੋ ਨੰਬਰ ਕੰਮ ਨਹੀਂ ਕਰਦਾ ਗੁਜਰ ਨਾਲ ਇੱਕ ਵਾਰੀ ਉੱਤਰ ਤੇ ਪਹੁੰਚ ਕਿਸੇ ਨੂੰ ਪੁੱਛ ਸ਼ਾਹਦ ਪੋਲਟਰੀ ਫਾਰਮ ਦਾ ਕੀ ਮਕਾਮ ਹੈ ਉੱਥੇ ਉੱਤਰ ਤੂੰ ਮਰੀਆਂ ਮੁਰਗੀਆਂ ਮੈਂ ਲਾਨਤ ਪਾਉਣਾ ਮਰ ਇਹ ਮਰੀਆਂ ਮੁਰਗੀਆਂ ਵੇਚਣ ਵਾਲੇ ਤੇ ਅੱਛਾ ਅੱਛਾ ਤੁਹਾਡਾ ਵੱਡਾ ਭਰਾ ਤੇ ਵੇਚਦਾ ਜੀ ਮੇਰਾ ਵੱਡਾ ਭਰਾ ਕਿਹੜਾ ਵੇਚਦਾ ਉਹ ਤੇ ਪ੍ਰਾਪਰਟੀ ਦਾ ਕੰਮ ਕਰਦਾ ਉਹਨੂੰ ਤੂੰ ਕਿਹੜੇ ਵੇਲੇ ਮੁਰਗੀਆਂ ਲੋਆਤੀਆਂ ਉਹ ਮੁਰਗੀਆਂ ਵੇਚ ਕੇ ਪ੍ਰਾਪਰਟੀ 'ਚ ਆਇਆ ਉਹ ਯਾਰ ਤੂੰ ਕੌਣ ਹੈ ਕਾਕਾ ਭਾਈ ਜੀ ਪਤਾ ਕੀ ਤੁਸੀਂ ਨਹੀਂ ਸਮਝਦੇ ਯਾਰ ਭੁੱਖ ਜਾਨ ਲੈ ਮੈਂ ਤੈਨੂੰ ਇਹ ਕਹਿੰਦੇ ਆ ਕਿ 300 ਰੁਪਇਆ ਸਾਫੀ ਮੁਰਗੀ ਹੋਣੀ ਆ ਸਾਫੀ ਜਿਹੜਾ ਗੋਸ਼ਤ ਹੁੰਦਾ ਉਹਦੇ ਚ ਜਿਪੋਟੇ ਕਵੇਂਗਾ ਉਹ ਵੀ ਤੈਨੂੰ ਦੇ ਦੇਾਂਗੇ ਨਹੀਂ ਨਹੀਂ ਪੋਟੇ ਵੀ ਤੁਸੀਂ ਰੱਖ ਲਓ ਥੋੜੇ ਜਿ ਪੈਸੇ ਰੇਟ ਘਟਾ ਲਓ ਤੇ ਉਹ ਜਿਹੜੇ ਪੰਜੇ ਹੁੰਦੇ ਨੇ ਉਹ ਵੀ ਸਾਨੂੰ ਨਾ ਭਵੇਂ ਦੇਣਾ ਉਹ ਵੀ ਤੁਸੀਂ ਆਪ ਰੱਖ ਲਓ ਪਰ ਪਰ ਵੀ ਤੁਸੀਂ ਰੱਖ ਲੋ ਸਾਰਾ ਤੁਸੀਂ ਰੱਖ ਲੋ ਮਤਲਬ ਚੁੰਜਾ ਵੀ ਤੁਸੀਂ ਰੱਖ ਲੋ ਤੇ ਸਾਨੂੰ 250 ਰੁਪਏ ਦੇ ਹਿਸਾਬ ਨਾਲ ਤੁਸੀਂ 8 ਮਣ گوشਤ ਕਰਦੇ ਹੋ ਜੀ ਲਓ ਜੀ ਕਾਕਾ ਜੀ ਮੈਨੂੰ ਕੋ ਵੱਡਾ ਹੀ ਮਿਲ ਗਿਆ ਚੁੰਜਾ ਵੀ ਕੋ ਰੱਖ ਲਾ ਹਾਂ ਪੰਜੇ ਕਿਉਂ ਰੱਖਾਂ ਮੈਂ ਆਪਣੇ ਤੇ ਲੰਦ ਪਾਉਣੀ ਉਹਨਾਂ ਨੇ ਯਾਰ ਤੂੰ ਕਿੰਜ ਦੀਆਂ ਗੱਲਾਂ ਕਰ ਰਿਹਾ ਕਾਕਾ ਇਹ ਪੰਜੇ ਨਹੀਂ ਦੇਈਦੇ ਚੁੰਜਾ ਨਹੀਂ ਦੇਈਦੀਆਂ ਇਹ ਵਿੱਚ ਹੁੰਦੀਆਂ ਹੀ ਨਹੀਂ گوشਤ ਅੱਛਾ ਇਹ ਪਹਿਲੇ ਹੀ ਹੁੰਦਾ ਸਾਫੀ ਦਾ ਮਤਲਬ ਇਹ ਵੇ ਇਹ ਸਾਰੇ ਖੰਭ ਖੁੰਭ ਲਾ ਕੇ ਚੁੰਝਾ ਚੁੰਝਾ ਸਿਰਫ ਜਿਹੜਾ ਕੋਸਤ ਹੈ ਹਾਂ ਹਾਂ ਉਹ ਤੈਨੂੰ ਅਸੀਂ ਦੇਣਾ ਤੇ ਦੇਸੀ ਮੁਰਗਾ ਵੀ ਹੁੰਦਾ ਪਾਜੀ ਆਪਣੇ ਕੋਲ ਦੇਸੀ ਮੁਰਗੀ ਨਹੀਂ ਜੀ ਦੇਸੀ ਨਹੀਂ ਜੀ ਪਾਲੀ ਦੇ ਜੀ ਅੱਛਾ ਇਹ ਹੀ ਹੁੰਦੇ ਉਹਦਾ ਰੇਟ ਕਾ ਕਿ ਨਹੀਂ ਦਿੰਦੇ ਵੇਖੋ ਨਾ ਤੁਸੀਂ ਰੇਟ ਦੇਣ ਲੱਗਿਆਂ ਚੀਕਾਂ ਮਾਰ ਗਿਓ ਤੇ ਦੇਸੀ ਦਾ ਤਾਂ ਫਿਰ ਰੇਟ ਹੀ ਹੋਰ ਹੁੰਦਾ ਹਾਂ ਉਹ ਪੈਂਦਾ 11-1200 ਰੁਪਏ ਸਾਫੀ ਮੁਰਗੀ ਅੱਛਾ ਅੱਛਾ ਸ਼ੁੱਤਰ ਮੁਰਗ ਹੁੰਦਾ ਜਿਹੜਾ ਵੱਡਾ ਜਿਹੜਾ ਉਹ ਵੀ ਤੁਹਾਡੇ ਕੋਲ ਹੁੰਦਾ ਉਹ ਇੱਕ ਦੇ ਇੱਕ ਸਾਰਾ ਆ ਜਾਂਦਾ ਉਹ 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 ਨਹੀਂ ਹੁੰਦਾ ਕਾਕਾ ਤੂੰ ਬਹੁਤ ਟਾਈਮ ਲੈ ਰਹੇ ਆ ਐਨਾ ਟਾਈਮ ਨਹੀਂ ਹੁੰਦਾ ਗੱਲ ਕਰੀ ਦੀਏ ਦੋ ਟੋਕ अच्छा चाहिदा केस ओ ओ दे ने ओ दस ओ तन्न मैं ਪਛਾ ਦੇਵਾ ਮੈਨੂੰ ਪਤਾ ਦੇ ਆਪਣਾ ਮੇਰਾ ਪੁੱਤਰ ਹੈ ਠੀਕ ਹੈ ਆਵਾਜ਼ ਤੋਂ ਤੂੰ ਕੋਈ ਮੈਨੂੰ ਮਾਫੀ ਚਾਹਨਾ ਕੋਈ ਚੰਗਾ ਬੰਦਾ ਨਹੀਂ ਲੱਗਦਾ ਨਹੀਂ ਵਿੱਚ ਵਿੱਚ ਹੁਜਤ ਕਰਨਾ ਹੁਜਤ ਨਹੀਂ ਹੁਜਤ ਨਹੀਂ ਕਰਦਾ ਚਾਚਾ ਜੀ ਗੱਲ ਲਗੀ ਐ ਵੇ ਸਾਢੇ 8 ਮਣ گوشਤ ਤੁਹਾਡੇ ਕੋਲੋਂ ਅਸੀਂ ਲੈਣਾ ਇਕੱਠਾ ਠੀਕ ਹੈ ਤੇ ਇਹ ਵਲੀਮਾ ਹੈਗਾ ਵਿਆਹ ਤੇ ਅਸੀਂ ਪਕਾਣਾ ਹੈ ਤੇ ਇਹ ਤੁਸੀਂ ਕਿੰਨੀ ਦੇਰ ਚ ਤਿਆਰ ਕਰ ਸਕਦੇ ਹੋ ਇਕੱਠਾ ਹੀ ਭੇਜੀਦਾ ਪੁੱਤ ਕਦੋਂ ਪਹਿਲੇ ਗਰਦਨਾ ਭੇਜ ਦੇ ਦਈਆਂ ਫਿਰ ਗਏ ਨਸੀਨਾ ਭੇਜ ਦੇ ਦਈਦਾ ਫਿਰ ਪੋਟੇ ਭੇਜ ਦੇ ਦੇ ਨਹੀਂ ਨਹੀਂ ਕਦੋਂ ਅਸੀਂ ਪਾਰਸਲ ਕਰੀਦਾ ਇੱਕੋ ਵਾਰੀ ਮਾਲ ਗੱਡੀ ਚ ਲੱਦੀਦਾ ਸਾਡੀ ਆਪਣੀ ਗੱਡੀ ਆ ਇੱਕ ਦਿਨ ਚ ਤਿਆਰ ਹੋ ਜਾਂਦਾ ਸਰ ਇੱਕ ਦਿਨ ਚ ਕਾਰੀਗਰ ਮੇਰੇ ਕੋਲ ਬੇਤਾਸ਼ਾ ਬਸ ਠੀਕ ਹੈ ਅੱਜ 8 ਮਹੀਨੇ ਤੇ ਗੱਲ ਹੀ ਕੋਈ ਨਹੀਂ ਮੈਂ ਤਾਂ 40 40 ਮਾਨ ਗੋਸ਼ਤ ਵੀ ਦਿੱਤਾ ਲੋਕਾਂ ਨੂੰ ਵੈਰੀ ਗੁੱਡ ਅੱਜ ਕਿੰਨੀ ਤਰੀਕ ਹੈ ਪਲਾ ਚਾਚਾ ਜੀ ਅੱਜ 17 ਪੁੱਤ 17 ਤਰੀਕੇ 17 ਚਾਹੀਦਾ ਕਿਸ ਦਿਨ ਤੈਨੂੰ ਮੈਨੂੰ ਚਾਹੀਦਾ 17 17 11 2002 2000 ਨਾ ਜੀ ਹਾਂ ਜੀ ਤੇ 17 11 2022 ਚ ਗੋਸ਼ਤ ਚਾਹੀਦਾ ਜੀ ਮੈਨੂੰ ਓਏ ਹੋਏ ਹੋਏ ਵਾਹ ਬਾਈ ਵਾਹ 2022 ਚ ਤੁਸੀਂ ਤਿਆਰੀ ਕਰ ਲਉ ਨਹੀਂ 2020 ਚ ਲੰਡਿਆ ਹਾਂਜੀ ਤੇ ਤੈਨੂੰ 22 ਚ ਗੋਸ਼ ਚਾਹੀਦਾ ਬਾਈ ਚ ਚਾਹੀਦਾ ਗੋਸ਼ ਤੇ ਜਨਾਬ ਬੇਟਾ ਮੈਂ ਨਾ ਅਗਲੇ ਚੂਚੇ ਜਦੋਂ ਪਾਵਾਂਗਾ ਨਾ ਉਦੋਂ ਮੇਰੇ ਨਾਲ ਗੱਲ ਕਰੀ ਨਹੀਂ ਹੁਣ ਤੁਸੀਂ ਆਰਡਰ ਉਹ ਭਾਈ ਤੁਸੀਂ ਮੇਰਾ ਆਰਡਰ ਰੱਖੋ ਨਾ ਹੁਣੇ ਭਾਜੀ ਤੁਸੀਂ ਲਿਖੋ ਉਹ ਕਿਹੜਾ ਆਰਡਰ ਆਪਣਾ ਆਰਡਰ ਆਪਣੇ ਕੋ ਰੱਖ ਤੁਹਾਨੂੰ ਪੈਸੇ ਸਾਰੇ ਇਕੱਠੇ ਮੈਂ ਦੇ ਦੇਣੇ ਤੁਸੀਂ ਤੁਸੀਂ ਰੋਜ਼ ਕੰਮ ਕਰਨ ਵਾਲੇ ਤੂੰ ਸਾਨੂੰ ਬਾਈ ਦਾ ਆਰਡਰ ਦੇਣ ਦੇ ਉਹ ਭਾਜੀ ਬਾਈ ਦਾ ਵੀ ਆਰਡਰ ਹੀ ਹੁੰਦਾ ਬਾਈ ਦਾ ਆਰਡਰ ਨਹੀਂ ਹੁੰਦਾ ਜਿਹਦੀ ਤੇਰੀ ਆਵਾਜ਼ ਹੈ ਨਾ 11 22 ਤੇ ਜਿਹੜੀ ਉੱਤੇ ਬੱਤੀ ਲ ਉਧਰ ਗਮੋਂ ਭਾਵੇਂ ਜੇ ਹੋ ਜੇ ਵੀ ਇਹ ਤੇ ਮੇਰਾ ਆਰਡਰ ਹੈ। ਯਾਰ ਕਿਹਾ ਹੀ ਦਿੱਤਾ ਤੂੰ ਬਕਵਾਸ ਕਰ। ਕਿਹਾ ਕਾਦੇ ਲਈ ਦਿੱਤਾ ਤੁਹਾਨੂੰ ਪੈਸੇ ਦੇਣੇ ਨੇ ਤੁਸੀਂ ਗੋਸ਼ਤ ਦਿਓ ਮੈਨੂੰ। ਬੰਦ ਕਰ ਆਪਣਾ ਫੋਨ। ਬੰਦ ਕਿਉਂ ਕਰਾ ਗੀ? ਆਪਣਾ ਆਰਡਰ ਆਪਣੇ ਕੋਲ ਰੱਖ ਏਡਾ ਆਰਡਰ। ਆਰਡਰ ਕਾ ਤਾਂ ਭਾਈ 2022 ਚ ਮੈਨੂੰ 17 ਤਰੀਕ ਨੂੰ ਤੁਸੀਂ ਆ ਗੋਸ਼ਤ ਦਿਓ। ਉਦੋਂ ਪਤਾ ਨਹੀਂ ਕਿੰਨੇ ਜੀਣਾ ਕਿੰਨੇ ਮਰਨਾ ਤੋਂ ਹੋਣਾ ਤੂੰ ਨਹੀਂ ਹੋਣਾ। ਅੱਲਾਹ ਜ਼ਿੰਦਗੀ ਤੰਦਰੁਸਤੀ ਦੇਵੇ ਸਭ ਨੂੰ ਸਾਨੂੰ ਵੀ ਤੁਹਾਨੂੰ ਵੀ। ਤੁਸੀਂ 2022 ਚ ਗੋਸ਼ਤ ਮੇਰਾ ਆਰਡਰ ਲਿਖੋ ਇੱਥੇ ਆਪਣੇ ਕੋਲ। ਅੱਲਾਹ ਤੇਰੀ ਜ਼ਿੰਦਗੀ ਕਰੇ ਪਰ ਜਿਹੇ ਜੀਆਂ ਤੂੰ ਗੱਲਾਂ ਕਰ ਜੀ ਮੇਰੇ ਕੋਲ ਹੋਵੇਂ ਮੈਂ ਤੇਰੇ ਖੁੱਤੀ ਜੇ ਕਰੱਖਾਂ ਮੈਂ ਤਾਂ ਬਸ ਨਹੀਂ ਖੁੱਤੀ ਜੇ ਰੱਖੇ ਤੂੰ ਮੈਂ 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 ਖੁੱਤੀਆਂ ਇਸ ਕੰਮ ਲਈ ਰੱਖੀਆਂ ਵੀ ਤੇਰੇ ਕੋਲ ਜਪੇੜਾ ਗਾਂਦਾ ਯਾਰ ਤੂੰ ਗੱਲ ਇਹ ਕੋ ਕਰਨ ਵਾਲੀ ਬੜੀ ਸਾਢੇ ਸਾਢੇ ਅੱਠ ਮਣ ਗੋਸਟ ਲੈਣਾ ਤੁਹਾਡੇ ਕੋਲ ਤੁਸੀਂ ਮਜ਼ਾਕ ਬਣਾਉਂਦੇ ਹੋ ਤੂੰ ਬੜਾ ਆਪਣੇ ਕੋਲ ਰੱਖ ਸਾਢੇ ਅੱਠ ਮਣ ਕੋਲੋਂ ਪਤਾ ਨਹੀਂ ਰੇਟ ਕੀ ਹੋਣਾ ਜਿਹੜਾ ਵੀ ਰੇਟ ਹੋਣਾ ਜਿਹੜਾ ਜਿਹੜਾ ਅੱਜ ਰੇਟ ਤੁਹਾਡੇ ਨਾਲ ਤੈ ਹੋ ਗਿਆ ਤੁਸੀਂ ਮੈਨੂੰ ਦਿਓ ਗੋਸਟ ਬਸ ਜੋ ਮਹਿੰਗਾਈ ਚੱਲਣ ਦੀ ਚੂਚਿਆਂ ਨੂੰ ਵੀ ਕਰੋਨਾ ਹੋਣ ਰਿਹਾ ਤੂੰ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਦੇ ਆ ਤੂੰ ਭਾਈ ਰਹਿਣ ਦੇ ਮੈਂ ਲੈਣਾ ਨਹੀਂ ਬੰਦ ਕਰ ਯਾਰ ਫੋਨ ਬੰਦ ਕਰ ਬੰਦ ਕਰ ਮੈਂ ਨਹੀਂ ਲੈਣਾ ਤੇਰੇ ਕੋਲ ਗੋਸ ਲੁੱਕ ਇਟ ਟੂ ਯੂ ਨੈਕਸ ਹਲੋ ਹਲੋ ਜੇ ਅਸਲਾਮੁਅਲੈਕਮ ਜੀ ਮਾਕਸਾਹਮ ਸ਼ਾਹਦ ਪੋਲਟਰੀ ਫਾਰਮ ਵਾਲਾ ਬੋਲ ਰਿਹਾ ਜੀ ਹਾਂ ਜੀ ਤੇ ਫਿਰ 2027 ਚ ਗੋਸਤ ਤੇ ਉਹ ਨਾ ਮੈਨੂੰ ਦਿੰਦੇ ਕਿਉਂ ਨਹੀਂ ਤੁਸੀਂ ਉਹ ਤੂੰ ਫਿਰ ਨੰਬਰ ਮਲਾ ਲਿਆ ਉਹ ਆ ਦੂਜੇ ਨੰਬਰ ਤੋਂ ਮਲਾਇਆ ਤੂੰ ਓ ਯਾਰ ਤੂੰ ਚਾਹਨਾ ਕੀ ਹੈ ਆ ਭਾਈ ਦਿਓ ਤੇਰਾ ਆਰਡਰ ਆਰਡਰ ਕੋਈ ਨਹੀਂ ਮੈਂ ਤੈਨੂੰ ਦੱਸਦੇ ਆ ਹਾਂ ਉਹ ਤੂੰ ਐਵੇਂ ਮੈਨੂੰ ਖਜਾਂਦੇ ਆ ਖਜਾਂਦੇ ਮੈਂ ਨਾ ਗੁਜਰ ਵਾਲੇ ਦਾ ਮੈਂ ਗੰਦੀਆਂ ਗਾਲਾਂ ਕੱਢਾਂਗਾ ਹੁਣ ਜੇ ਫੋਨ ਕੀਤਾ ਐਵੇਂ ਤੂੰ ਗਾਲਾਂ ਕੱਢੇਗਾ ਯਾਰ ਅਸੀਂ ਪੈਸੇ ਦੇਣ ਦੇ ਗਾਲਾਂ ਗੱਲ ਹੀ ਕੱਢੇਗਾ ਤੂੰ ਯਾਰ ਤੇਰਾ ਦਿਮਾਗ ਖਰਾਬ ਹੈ ਉਹ ਭਾਈ ਦਾ ਆਰਡਰ ਤੂੰ 2000 ਚ ਦੇਣ ਦੇ ਹਾਂ ਤਾਂ 2 ਸਾਲ ਪਹਿਲੇ ਆਰਡਰ ਦੇਣ ਦੇ ਹੋਰ ਤੁਹਾਨੂੰ ਕੀ ਚਾਹੀਦਾ ਗਾ ਗੰਜਾਉਂਦਾ ਕੋਈ ਪਹਿਲੋਂ ਇੰਜ ਆਉਂਦਾ ਰੱਖ ਆਪਣੇ ਪੈਸੇ ਆਪਣੇ ਕੋਲ ਆਰਡਰ ਵੀ ਆਪਣਾ ਲੱਭ ਮੈਂ ਸਾਰੀ ਜਾਂਦੇ ਸੱਦੀ ਹੈ ਮੇਰੇ ਮਹਿਮਾਨ ਤਿਆਰ ਬੈਠੇ ਨੇ ਤੇ ਤੁਸੀਂ ਯਾਰ ਤੂੰ ਚਾਹਨਾ ਕੀ ਹੈ ਚਾਹਨਾ ਕੀ ਮੇਰੇ ਮਹਿਮਾਨ ਤਿਆਰ ਬੈਠੇ ਨੇ ਬਰਾਤ ਆਉਣ ਵਾਲੀ ਓਏ ਈਂ ਪਹਿਲੇ ਤੂੰ ਤਿਆਰੀ ਕਰਨੀ ਹੈ ਜੀ 22 ਦੇ ਵਿੱਚ ਤੇਰਾ ਵਿਆਹ ਕਿਤੇ ਤੂੰ ਰੱਖਿਆ ਹੈ ਪਤਾ ਨਹੀਂ ਜਿਹੜੀ ਬੱਚੀ ਦਾ ਤੂੰ ਵਿਆਹ ਰੱਖਿਆ ਜਾਂ ਬੱਚੇ ਦਾ ਉਹਨੇ ਕਿਤੇ ਬਚਣਾ ਨਹੀਂ ਬਚਣਾ ਤੂੰ ਮੁਰਗੀਆਂ ਇੰਨੀ ਦਿਨ ਪਹਿਲੇ ਕਰਕੇ ਕੀ ਕਰਨੀ ਆ ਆ ਤਾਂ ਮੁਰਗੀਆਂ ਉਹਨੇ ਰੋਟੀ ਨਹੀਂ ਖਾਣੀ ਆ ਕੇ ਉਹਨਾਂ ਨੇ ਓਏ ਰੋਜ਼ ਵਜ਼ਨ ਘਟਦਾ ਤਾਂ ਰੋਜ਼ ਵਜ਼ਨ ਵੱਧਦਾ ਮੁਰਗੀ ਦਾ ਤੈਨੂੰ ਨਹੀਂ ਸਮਝ ਆਉਂਦੀ ਤੇ ਵਧਣ ਜਿਹੜਾ ਰੇਟ ਤੁਹਾਡਾ ਤੈਅ ਹੋ ਗਿਆ ਉਹ ਦਾਨੇ ਤੁਸੀਂ ਮੈਨੂੰ ਦਿਓ ਪੈਸੇ ਉਹ ਤੂੰ ਰਹਿਣਾ ਕਿੱਥੇ ਮੈਨੂੰ ਪਤਾ ਦੱਸ ਮੈਂ ਤੇਰੇ ਕੋਲ ਨਾ ਮੁਰਗੀ ਲੈ ਕੇ ਉੱਥੇ ਆਉਗੇ ਓਏ ਬੰਦ ਕਰਾ ਫੋਨ ਬੰਦ ਕਰ ਫੋਨ ਕਿਉਂ ਬੰਦ ਕਰਾ ਮੇਰੇ ਪੈਸੇ ਦਿਓ ਵਾਪਸ ਕਰ ਫਿਰ ਬੰਦ ਕਰ ਫਿਰ ਬੰਦ ਕਰ ਤੈਨੂੰ

ਇਹ ਤਾਂ ਪਤਾ ਨਹੀਂ ਕਿੰਜ ਕਿੰਜ ਦੇ ਬੰਦੇ ਆ ਜਾਂਦੇ ਆ ਆ ਜੇ ਬੰਦੇ ਨੂੰ ਤਮੀਜ਼ ਹੀ ਨਹੀਂ ਗੱਲ ਕਰਨ ਦੀ ਬੰਦਾ ਵੱਡੇ ਛੋਟੇ ਦਾ ਲਿਆਜ਼ ਹੋਣਾ ਚਾਹੀਦਾ ਤੇ ਫਿਰ 2022 ਚ ਗੋਸ਼ਤ ਦਿੰਦੇ ਹੋ ਕਿ ਨਹੀਂ ਤੇਰੀ ਮੌਤ ਹੋਣੀ ਉਹ 2022 ਚ ਤੇਰਾ ਖਾਣਾ ਖਰਾਬ ਹੋਣਾ ਹੀ ਤੇਰਾ ਬੇੜਾ ਤਰ ਜਾਏ ਇਹ ਚਾਇਨਾ ਦਾ ਬੇੜਾ ਘਰਕ ਹੋਇਆ ਇੱਕ ਇੱਕ ਫੋਨ ਚ ਚਾਰ ਚਾਰ SIM ਆ ਉਹ ਸਾਰੇ ਟਾਵਰਾਂ ਦਾ ਤੇਰੇ ਕੋਲ ਠਿਕਾ ਓਏ ਉਹ ਤੂੰ ਕਿਉਂ ਮੈਨੂੰ ਫੋਨ ਬਦਲ ਬਦਲ ਕੇ ਕਰਨਿਆ ਉਹ ਸਵੇਰੇ ਸਵੇਰੇ ਮੈਨੂੰ ਖੁਝਾਤਾ ਤੂੰ ਅਪਾ ਜੀ ਨਹੀਂ ਐਸੀ ਲੈਣਾ ਨਹੀਂ ਗੋਸ਼ਟ ਤੁਹਾਡੇ ਕੋਲ ਜਾ ਚੁੱਕੋ ਤੈਨੂੰ ਦੇਣ ਕੌਣ ਰਿਹਾ ਏ ਤੈਨੂੰ ਮੈਂ ਗੱਡੀ ਥੱਲੇ ਦੇਣਾ ਤੈਨੂੰ ਮੈਂ ਅਰਸ਼ੇ ਥੱਲੇ ਦੇਣਾ ਆ ਮੁਰਗੀਆਂ ਹਲਾਲ ਕੀਤੀਆਂ ਇਹਨਾਂ ਦੇ ਪਰ ਜੋੜ ਕੇ ਵਾਪਸ ਰੱਖੋ ਆਪਣੇ ਪਿੰਜਰੇ 'ਚ ਮੈਂ ਨਹੀਂ ਲੈਣੀਆਂ ਚੱਲੋ ਲੈ ਜਾਓ ਮੈਂ ਜੋੜਾ ਨਾ ਜੋੜਾ ਤੂੰ ਮਾਮਾ ਲੱਗਣਾ ਮੇਰੀ ਉੱਥੇ ਬਰਾਤ ਤਿਆਰ ਬੈਠੀ 2022 'ਚ ਬਰਾਤ ਆਉਣੀ ਏ ਤੇ ਤੁਸੀਂ ਮੈਨੂੰ ਗੋਸ਼ਟ ਹੀ ਦੇਣ ਦੇ ਹੋ ਮੇਰੀ ਬਰਾਤ ਤੇ ਬੰਮ ਚੱਲੇ ਬੱਬ ਕਿਉਂ ਚੱਲੇ ਸਾਰੀ ਤਾਰਾਂ ਦੇ ਨਾਲ ਚਿਮੜੀ ਹੋਵੇ ਬਰਾਤ ਬਰਾਤ ਮੇਰੀ ਕਸਮ ਹੀ ਕਿਹੜੇ ਜੋ ਕਿਸਮਤ ਬਰਾਤ ਸੀ ਕ ਕ ਕ ਕ ਕੀ ਏ ਓ ਪਾ ਜੀ ਓ ਸ਼ਹਿਰ ਪਾ ਜੀ ਮਾਫ ਕਰ ਦੇਣਾ ਮਿਹਰਬਾਨੀ ਤੁਹਾਡੀ ਆਦਾ ਮਾਫੀ ਯਾਰ ਓ ਸੋਰੀ 20 ਚੱਲਣਿਆ ਤੂੰ ਭਾਈ ਦਾ ਮੈਨੂੰ ਆਰਡਰ ਦੇਣ ਦੇ ਆ ਔਰ ਸੌਰੀ ਬਾਜੀ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹਾਂ ਸ਼ਾਹ ਸਾਹਿਬ ਮੈਂ ਸਖਾਵਤ ਨਾਜ਼ ਅਫੀਸ਼ਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਸਖਾਵਤ ਨਾਜ਼ ਬੋਲਣ ਦੇ ਆਂ ਜਨਾਬ ਸਖਾਵਤ ਨਾਜ਼ ਕਿਹੜਾ ਜਿਹੜਾ ਮੁੰਡਾ ਡਰਾਮੇ 'ਚ ਕੰਮ ਕਰਦਾ ਮੈਂ ਬਾਜੀ ਬਾਈ ਬਹੁਤ ਅੱਛੇ ਮੈਂ ਪਹਿਲੇ ਕਹਿੰਨ ਦੀ ਸੀ ਬੰਦਾ ਕੋਈ ਉਹ ਪ੍ਰੋਪਰ ਆਈਏ ਅਜੇ ਤੱਕ ਕਦੀ ਕਿਸੇ ਨੇ ਮੈਨੂੰ ਇਹ ਹਜਾਰ ਆਰਡਰ ਨਹੀਂ ਦਿੱਤਾ ਔਰ ਸਰ ਮਾਫ ਕਰ ਦੇਣਾ ਸਿਰਫ ਤੁਹਾਡੀ ਉਹ ਯਾਰ ਕੋਈ ਗੱਲ ਮਜ਼ਾਕ ਕਰਨ ਵਾਲਾ ਸੀ ਤੇ ਤੇਰੇ ਬੜਾ ਫੈਨ ਆ ਬੜੇ ਤੇਰੇ ਡਰਾਮੇ ਵੇਖੀਦੇ ਆ ਮਿਹਰਬਾਨੀ ਜਨਾਬ ਸ਼ੁਕਰੀਆ ਸ਼ੁਕਰੀਆ ਖਾਸ ਤੌਰ ਤੇ ਜਦੋਂ ਤੂੰ ਜਨਾਨੀ ਜੀ ਕਿ ਤੇਰੇ ਚ ਤੇ ਖੁਦਰੇ ਚ ਕੋਈ ਫਰਕ ਹੀ ਨਹੀਂ ਉਹ ਭਾਜੀ ਕੀ ਗੱਲ ਕਰਨ ਦੀ ਆਮਾਨਾ ਭਾਜੀ ਤੁਹਾਡੀ ਮੁਹੱਬਤ ਬਹੁਤ ਬਹੁਤ ਸ਼ੁਕਰੀਆ ਭਾਜੀ ਕੋ ਛੋਟੀ ਮੋਟੀ ਉੱਚੀ ਨੀਵੀਂ ਗੱਲ ਹੋਈ ਹੋਵੇ ਤੇ ਮਾਫ ਕਰ ਦੇਣਾ ਸਖਾਵਤ ਨਾਜ਼ ਅਫੀਸ਼ਲ ਦੇ ਤੁਹਾਡੀ ਆਵਾਜ਼ ਲਈ ਗਈ ਆਪਣੇ ਨਾਜ਼ਰੀਨ ਆਪਣੇ ਚੈਨਲ ਨੇ ਆਪਣੇ ਵੇਖਣ ਵਾਲਿਆਂ ਨੂੰ ਇਹ ਸੁਣਾਉਣ ਵਾਸਤੇ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਲਿਆਉਣ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਗਈ ਹੈ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਖਵਤਿ ਨੋਜ਼ਰਤ ਇਸ ਯਾਦਦੀ ਕਾਲ ਹੁਣ ਸਖਾਵਤ ਨਾਜ਼ ਨੂੰ ਸਖਾਵਤ ਨਾਜ਼ ਅਫੀਸ਼ਲ ਦੇ ਵਿੱਚੋਂ ਇਜਾਜ਼ਤ ਦਿਓ ਇਨਸ਼ਾਅੱਲਾ ਨਵੀਂ ਕਾਲ ਦੇ ਨਾਲ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ ਉਸ ਵੇਲੇ ਤੱਕ ਅੱਲਾ ਹਾਫਿਜ਼